ਹੈਲੋ, ਅਸੀਂ ਬ੍ਰਿਟਿਸ਼ ਐਜੂਕੇਸ਼ਨ ਸਰਵਿਸਿਜ਼ ਤੋਂ ਗੱਲ ਕਰ ਰਹੇ ਹਾਂ। ਅੱਜ ਅਸੀਂ ਪੂਨਮ ਦੇ ਓਵਰਆਲ ਐਕਸਪੀਰੀਅੰਸ ਬਾਰੇ ਗੱਲ ਕਰਾਂਗੇ ਕਿ ਉਹਨਾਂ ਦਾ ਫਾਈਲਿੰਗ ਤੋਂ ਲੈ ਕੇ ਵੀਜ਼ਾ ਤੱਕ ਦਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸਾਡੇ ਨਾਲ। ਉਹ ਤਾਂ ਸਾਨੂੰ ਇਸ ਬਾਰੇ ਫੀਡਬੈਕ ਦੇਣਗੇ ਕਿ ਕਿਸ ਕਿਸ ਤਰ੍ਹਾਂ ਉਹਨਾਂ ਨਾਲ ਅਸੀਂ ਫਾਈਲਿੰਗ ਕੀਤੀ, ਗੱਲ ਕੀਤੀ, ਉਹ ਸਾਰਾ ਕੁਝ ਤੁਹਾਨੂੰ ਡਿਸਕ੍ਰਾਈਬ ਦੇ ਵਿੱਚ ਦੱਸਣਗੇ। ਪਲੀਜ਼ ਪੂਨਮ। ਹੈਲੋ, ਮੈਂ ਪੂਨਮ ਵੀ। ਮੈਂ ਜਦੋਂ ਇਸ ਇੰਸਟੀਟਿਊਟ ਵਿੱਚ ਆਈ, ਪਹਿਲਾਂ ਮੈਨੂੰ ਉਹਨਾਂ ਨੇ ਬੜਾ ਅੱਛੇ ਤਰੀਕੇ ਨਾਲ ਸਮਝਾਇਆ ਕਿ ਤੁਸੀਂ ਆਪਣਾ ਨੈਨੀ ਕੋਰਸ ਕਰਕੇ ਤੁਸੀਂ ਵਿਦ ਫੈਮਲੀ ਯੂਕੇ ਦਾ ਵੀਜ਼ਾ ਲਗਵਾ ਸਕਦੇ ਹੋ, ਜਿਹਦੇ ਨਾਲ ਕਿ ਫਿਰ ਮੈਂ ਆਪਣਾ ਨੈਨੀ ਕੋਰਸ ਇੱਥੇ ਸ਼ੁਰੂ ਕੀਤਾ। ਫਿਰ ਜੋ ਅੱਗੇ ਟਾਈਮ ਜਾਈ ਗਿਆ, ਮੇਰੀ ਫਾਈਲਿੰਗ ਦੇ ਮੋਸਟਲੀ ਆਲ ਡਾਕੂਮੈਂਟਸ ਕੰਪਲੀਟ ਹੁੰਦੇ ਗਏ ਅਤੇ ਮੈਨੂੰ ਹਰਸ਼ ਮੈਮ ਔਰ ਅਮਨ ਮੈਮ ਨੇ ਬਹੁਤ ਫੋਰਸ ਕੀਤਾ, ਹਰ ਇੱਕ ਚੀਜ਼ ਵਿੱਚ ਬੜੀ ਹੈਲਪ ਕੀਤੀ। ਕੋਈ ਵੀ ਡਾਊਟ ਮੈਨੂੰ ਸੀ ਜਿਹੜਾ ਉਹ ਉਹਨਾਂ ਨੇ ਕਲੀਅਰ ਕੀਤਾ, ਅਤੇ ਅੱਜ ਮੈਂ ਆਪਣਾ ਹਰ ਇੱਕ ਐਕਸਪੀਰੀਅੰਸ ਦੇ ਨਾਲ ਮੈਨੂੰ ਬਹੁਤ ਹਰ ਇੱਕ ਚੀਜ਼ ਬੜੀ ਬੈਨੀਫਿਟ ਲੱਗੀ ਇਹਨਾਂ ਦੇ ਇੰਸਟੀਟਿਊਟ ਦੀ, ਕਿ ਇਹ ਹਰ ਕੰਮ ਵਿੱਚ ਆਪਣੇ ਸਟੂਡੈਂਟ ਦੀ ਫੁੱਲੀ ਹੈਲਪ ਕਰਦੇ ਨੇ। ਅਤੇ ਅੱਜ ਸਾਰੀ ਫਾਈਲਿੰਗ ਕੰਪਲੀਟ ਹੋਣ ਤੋਂ ਬਾਅਦ ਮੇਰਾ ਇੰਟਰਵਿਊ ਕਲੀਅਰ ਹੋਇਆ ਅਤੇ ਮੈਂ ਯੂਕੇ ਦਾ ਆਪਣਾ ਵੀਜ਼ਾ ਲੈਣਾ ਹੀ ਹਾਂ। ਥੈਂਕ ਯੂ ਸੋ ਮੱਚ ਜੋਸੇਫ ਸਰ ਐਂਡ ਆਲ ਸਟਾਫ, ਥੈਂਕ ਯੂ ਸੋ ਮੱਚ।